ਮੋਗਾ ਜ਼ਿਲ੍ਹਾ ਦੇ ਅੱਜ ਸਾਰੇ ਪੈਟਰੋਲ ਪੰਪ ਬੰਦ ਨੇ, ਰੋਸ ਵਜੋਂ ਬੰਦ ਕੀਤੇ ਗਏ ਨੇ ਪੈਟਰੋਲ ਪੰਪ ਐਸੋਸੀਏਸ਼ਨ ਮੋਗਾ ਵੱਲੋਂ। ਔਰ ਅਸੀਂ ਇਸ ਟਾਈਮ ਮੌਜੂਦ ਹਾਂ ਇੱਕ ਪੈਟਰੋਲ ਪੰਪ 'ਤੇ, ਉੱਥੇ ਪ੍ਰਧਾਨ ਵੀ ਨੇ ਪੈਟਰੋਲ ਪੰਪ ਐਸੋਸੀਏਸ਼ਨ ਦੇ, ਇਹਨਾਂ ਨਾਲ ਵੀ ਜਾਣਕਾਰੀ ਲਵਾਂਗੇ ਕਿ ਕੀ ਕਾਰਨ ਕੀ ਹੈ ਕਿ 5 ਜੁਲਾਈ ਔਰ 6 ਜੁਲਾਈ ਨੂੰ ਪੈਟਰੋਲ ਪੰਪ ਬੰਦ ਕੀਤੇ ਆ। ਔਰ ਸਾਰੇ ਪੈਟਰੋਲ ਪੰਪਾਂ ਦੀ ਮਸ਼ੀਨਾਂ 'ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੋਸਟਰ ਲਗਾਏ ਗਏ ਨੇ ਕਿ ਪਿਆਰੇ ਗਾਹਕ, ਮੋਗਾ ਜ਼ਿਲ੍ਹਾ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਹੜਤਾਲ ਕਾਰਨ ਪੈਟਰੋਲ ਪੰਪ 5 ਅਤੇ 6 ਜੁਲਾਈ ਨੂੰ ਬੰਦ ਰਹਿਣਗੇ। ਇਹ ਕਿਉਂ ਬੰਦ ਕੀਤੇ ਗਏ ਨੇ, ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ PWD ਵੱਲੋਂ ਕੁਛ ਨੋਟਿਸ ਕੱਢੇ ਗਏ ਆ ਪੈਟਰੋਲ ਪੰਪ ਵਾਲਿਆਂ ਨੂੰ, ਔਰ ਇਸ ਕਰਕੇ ਮੋਗਾ ਦੇ 156 ਪੈਟਰੋਲ ਪੰਪ ਹੈ ਜਿਹੜੇ ਬੰਦ ਕੀਤੇ ਗਏ ਨੇ, 2 ਦਿਨ ਲਈ ਬੰਦ ਕੀਤੇ ਗਏ ਨੇ। ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਪ੍ਰਧਾਨ ਜੀ, ਤੁਸੀਂ ਪੈਟਰੋਲ ਪੰਪ ਬੰਦ ਕੀਤੇ ਆ, ਮੋਗਾ ਜ਼ਿਲ੍ਹਾ ਦੇ ਵਿੱਚ ਹੜਤਾਲ ਹੈ ਇਕੱਲੀ ਇਹ, ਅਤੇ ਕਾਰਨ ਕੀ ਹੈ? ਐਂ ਜੀ, ਨੋਟਿਸ PWD ਦੇ ਸਾਰੇ ਪੰਜਾਬ 'ਚ ਆਏ ਆ, ਪਰ ਅਸੀਂ ਮੋਗਾ ਜਿਹੜਾ ਸਾਡਾ ਹੈਗਾ, ਬਹੁਤ ਹੀ ਇੱਥੇ ਗੁਰੂ ਸਾਹਿਬ ਦੀ ਕਿਰਪਾ, ਸਾਡੇ 'ਚ ਪੂਰਨ ਏਕਤਾ, ਸਾਡੇ ਸਾਰੇ ਡੀਲਰਸ ਦੇ ਸਹਿਯੋਗ ਨਾਲ, ਉਹਨਾਂ ਦੀ ਸਹਿਮਤੀ ਨਾਲ ਅਸੀਂ ਹੜਤਾਲ ਕੀਤੀ ਹੈ। ਹੜਤਾਲ ਦਾ ਜਿਹੜਾ ਮੁੱਖ ਕਾਰਨ ਹੈ ਜੀ, ਸਾਨੂੰ PWD ਡਿਪਾਰਟਮੈਂਟ ਵੱਲੋਂ 2006 ਤੋਂ ਲੈ ਕੇ 2024 ਤੱਕ ਦੇ ਨੋਟਿਸ ਕੱਢੇ ਹੈ, ਜਿਹਦੇ 'ਚ ਕਿਸੇ ਨੂੰ 7 ਲੱਖ, 7.5 ਲੱਖ, 12 ਲੱਖ ਤੋਂ ਉੱਪਰ ਦੀ ਰਕਮ ਦੇ ਵੀ ਨੋਟਿਸ ਆਏ ਹੈ ਜੀ। ਇਹ ਨੋਟਿਸ ਕਾਹਦੇ ਹੈ, ਕਿਹੜੀ ਕਾਹਦੀ ਰਕਮ ਹੈ ਜਿਹੜੀ ਤੁਸੀਂ 7 ਲੱਖ ਤੋਂ ਉੱਪਰ ਕਹਿੰਦੇ ਹੋ, 12 ਲੱਖ ਤੱਕ ਕਹਿੰਦੇ ਹੋ? ਇਹ ਸਰ ਇੱਕ ਫੀਸ ਹੁੰਦੀ ਹੈ, ਜਿਵੇਂ ਆਹ ਰੋਡ ਤੋਂ ਅਸੀਂ ਰੋਡ ਯੂਜ਼ ਕਰਦੇ ਹਾਂ ਤਾਂ ਉਹਦੇ ਇਹ ਫੀਸ ਹੁੰਦੀ ਹੈ ਜਿਹੜੀ PWD ਲੈਂਦੀ ਹੈ। ਜਿਵੇਂ ਹੁਣ ਨੈਸ਼ਨਲ ਹਾਈਵੇ ਹੈ ਜੀ, ਉਹ 15,000 ਰੁਪਇਆ ਸਾਲ ਦਾ ਲੈਂਦੇ ਹੈ ਜਿਹੜੇ ਨੈਸ਼ਨਲ ਹਾਈਵੇ 'ਤੇ ਪੰਪ ਆ, ਅਤੇ 10 ਸਾਲ ਦਾ 1.5 ਲੱਖ ਰੁਪਇਆ ਉਹਨਾਂ ਦਾ ਜੀ, ਜੋ ਕਿ ਜਿਹੜੇ ਨੈਸ਼ਨਲ ਹਾਈਵੇ 'ਤੇ ਪੰਪ ਆ ਉਹਨਾਂ ਦੀਆਂ ਸੇਲ ਵੋਲੀਅਮ ਬਹੁਤ ਜ਼ਿਆਦਾ ਹੁੰਦੇ ਆ ਜੀ। ਜਿਹੜੇ ਇਹ ਸਾਡੇ ਨੋਟਿਸ ਆ ਜੀ, ਇਹ ਸਾਨੂੰ 2006 ਤੋਂ ਪਾਤੇ ਆ ਜੀ, ਜਿਹਦੇ ਵਿੱਚ ਬਹੁਤ ਵੱਡੀ ਭਾਰੀ ਰਕਮ ਹੈ, ਅਤੇ 85% ਤੁਸੀਂ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਜੀ, ਮੋਰ ਦੈਨ 85% ਜਿਹੜੇ ਪੰਪ ਆ ਜਮ੍ਹਾਂ ਬ੍ਰੇਕ ਈਵਨ 'ਤੇ ਚੱਲ ਰਹੇ ਆ। ਅਤੇ ਜਿਹੜੇ ਬੰਦੇ ਨੂੰ ਅੱਜ 8 ਲੱਖ ਦਾ ਜਾਂ 10 ਲੱਖ ਦਾ ਨੋਟਿਸ ਆ ਗਿਆ, ਉਹ ਦੇਣ ਤੋਂ ਇਕੱਠਾ ਬਹੁਤ ਜ਼ਿਆਦਾ ਉਹਦੇ ਲਈ ਔਖਾ ਕੰਮ ਆ ਜੀ ਇਹ। ਅਤੇ ਇਸ ਲਈ ਪਹਿਲੀ ਗੱਲ ਤਾਂ ਜਿਹੜੇ ਨੋਟਿਸ ਆ, ਜਿਹੜਾ ਐਗਰੀਮੈਂਟ ਹੁੰਦਾ ਸਾਡਾ ਆਇਲ ਕੰਪਨੀਆਂ ਦਾ, ਪੰਪਾਂ ਦਾ, ਜਿਹੜੀ NOC ਮਿਲਦੀ ਉਹ ਆਇਲ ਕੰਪਨੀ ਨੂੰ ਮਿਲਦੀ ਹੈ, ਜਿਹੜੇ ਨੋਟਿਸ ਆ ਇਹ ਆਇਲ ਕੰਪਨੀ ਨੂੰ ਜਾਣੇ ਚਾਹੀਦੇ ਸੀਗੇ ਜੀ, ਕਿਉਂਕਿ ਐਗਰੀਮੈਂਟ ਆਇਲ ਕੰਪਨੀ ਨਾਲ ਹੈ, ਪਰ ਇਹ ਨੋਟਿਸ ਸਾਨੂੰ ਨਿੱਜੀ ਤੌਰ 'ਤੇ ਭੇਜੇ ਗਏ ਹੈ, ਇਸ ਲਈ ਉਸ ਦੇ ਰੋਸ ਵਜੋਂ ਅਸੀਂ ਇਹ ਸਟ੍ਰਾਈਕ ਕੀਤੀ ਹੈ ਜੀ। ਕਿੰਨੇ ਪੈਟਰੋਲ ਪੰਪ ਬੰਦ ਹੈ ਜੀ ਮੋਗਾ ਜ਼ਿਲ੍ਹਾ ਦੇ? ਇਕੱਲੇ ਮੋਗਾ ਜ਼ਿਲ੍ਹਾ ਦੇ ਬੰਦ ਹੈ? ਇਹ ਪੂਰਨ ਮੋਗਾ ਜ਼ਿਲ੍ਹਾ ਬੰਦ ਆ ਜੀ, ਬਹੁਤ ਵੱਡੀ ਜਿਹੜੀ ਗੁਰੂ ਦੀ ਕਿਰਪਾ ਸਾਡੇ 'ਤੇ, ਇਹ ਪੂਰਨ ਰੂਪ 'ਚ ਮੋਗਾ ਜ਼ਿਲ੍ਹਾ ਬੰਦ ਆ ਜੀ। ਕਿੰਨੇ ਪੈਟਰੋਲ ਪੰਪ? ਤਕਰੀਬਨ 156 ਤਿੰਨੇ ਜਿਹੜੀਆਂ ਸਰਕਾਰੀ ਆਇਲ ਕੰਪਨੀਆਂ ਉਹਨਾਂ ਦੇ ਜੀ, ਬਾਕੀ ਨਿਆਰਾ ਅਤੇ ਰਿਲਾਇੰਸ ਨੇ ਵੀ ਸਾਨੂੰ ਪੂਰਾ ਸਾਥ ਦਿੱਤਾ ਜੀ। ਉਹ ਵੀ ਬੰਦ ਕੀਤੇ ਗਏ? ਉਹ ਵੀ ਬੰਦ ਹੈ ਜੀ। ਇੱਕ ਪੇਮੈਂਟ ਇੰਨੀ ਰਹਿ ਕਿਉਂ ਗਈ, ਡਿਲੇ ਕਿਉਂ ਹੋ ਗਈ ਹੈ, ਜਾਂ ਨੋਟਿਸ ਨਹੀਂ ਆਇਆ ਤੁਹਾਡੇ ਵੱਲੋਂ, ਪੇ ਨਹੀਂ ਕੀਤੀ ਗਈ, ਕਾਰਨ ਕੀ ਹੈ? ਸਰ, ਸਾਨੂੰ 2006 ਤੋਂ ਬਾਅਦ ਕਿਸੇ ਸਰਕਾਰ ਵੱਲੋਂ ਕੋਈ ਵੀ ਨੋਟਿਸ ਨਹੀਂ ਆਇਆ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 15,000 ਸਾਲ ਦੀ ਇਹ ਫੀਸ ਲੈਂਦੇ ਨੇ, ਅਤੇ ਉਹ ਤੁਸੀਂ ਆਪਣੇ ਤੌਰ 'ਤੇ ਨਹੀਂ ਜਮ੍ਹਾਂ ਕਰਾਉਂਦੇ, ਜਾਂ 2 ਸਾਲ ਨਹੀਂ ਆਇਆ ਤਾਂ ਆਪਣੇ ਤੌਰ 'ਤੇ ਨਹੀਂ ਪੁੱਛਿਆ ਵੀ ਕਿਤੇ ਕੱਲ੍ਹ ਨੂੰ ਇਕੱਠੀ ਆ ਜਾਏਗੀ, ਦਿੱਕਤ ਹੋਏਗੀ? ਸਰ, ਸਾਨੂੰ ਕਿਸੇ ਨੇ ਨੋਟਿਸ ਸਾਨੂੰ ਭੇਜਿਆ ਹੀ ਨਹੀਂ ਜੀ, ਜੋ ਸਾਨੂੰ ਨੋਟਿਸ ਨਹੀਂ ਭੇਜਿਆ ਅਸੀਂ ਕਿਸੇ ਨੇ ਪੁੱਛਿਆ ਨਹੀਂ ਜੀ, ਉਹ ਤਾਂ ਸਰਕਾਰ ਦਾ ਫਰਜ਼ ਬਣਦਾ ਜੀ, ਜਾਂ ਪਹਿਲੀਆਂ ਸਰਕਾਰਾਂ ਨੇ ਨਹੀਂ, ਉਹਨਾਂ ਨੇ ਕਈ ਵਾਰੀ ਪਾਲਿਸੀਜ਼ ਹੁੰਦੀਆਂ ਨਹੀਂ ਉਹਨਾਂ ਨੇ ਲਏ ਜੀ, ਹੁਣ ਇਹਨਾਂ ਨੇ ਸਾਨੂੰ 2006 ਤੋਂ ਇਕੱਠੇ ਕੱਢਤੇ ਆ ਜੀ। ਕਿੰਨੇ ਦਿਨ ਦੀ ਹੜਤਾਲ ਰਹੇਗੀ ਜੀ? ਸਰ, ਸਾਡੀ 2 ਦਿਨ ਦੀ ਹੈ, ਜੇ ਸਾਡਾ ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ ਇਹ ਲੰਬੀ ਵੀ ਜਾ ਸਕਦੀ ਹੈ ਜੀ। ਅੱਛਾ, ਇਹ ਜਿਹੜੀ ਹੜਤਾਲ ਕੀਤੀ ਹੈ ਇਹਦੇ ਵਿੱਚ
ਕੋਈ ਅਸੈਂਸ਼ੀਅਲ ਸਰਵਿਸ ਹੈ ਜਿਸ ਤਰ੍ਹਾਂ ਐਂਬੂਲੈਂਸ ਲਗਾ ਲਓ, ਕੋਈ ਹੋਰ ਜ਼ਰੂਰੀ ਜਿਹੜੇ ਪੁਲਿਸ ਦੀਆਂ ਗੱਡੀਆਂ, ਉਹਨਾਂ ਨੂੰ ਤੇਲ ਪਾਇਆ ਜਾਏਗਾ ਜਾਂ ਕਿਸੇ ਨੂੰ ਵੀ ਤੇਲ ਨਹੀਂ ਪਾਇਆ ਜਾਏਗਾ? ਅਸੀਂ ਪ੍ਰਸ਼ਾਸਨ ਨੂੰ ਤੇਲ ਪਾਵਾਂਗੇ ਜੀ, ਕੋਈ ਐਂਬੂਲੈਂਸ ਆ ਉਹਨੂੰ ਤੇਲ ਪਾਵਾਂਗੇ। ਕਈ ਵਾਰੀ ਕਿਸੇ ਦੀ ਨਿੱਜੀ ਪ੍ਰੋਬਲਮ ਹੁੰਦੀ ਹੈ ਜੀ, ਉਹ ਅਸੀਂ ਚੈੱਕ ਕਰਕੇ ਹਰ ਡੀਲਰ ਨੂੰ ਅਸੀਂ ਹਦਾਇਤ ਕੀਤੀ ਹੈ ਵੀ ਕਿਸੇ ਦੀ ਕੋਈ ਨਿੱਜੀ ਪ੍ਰੋਬਲਮ ਹੁੰਦੀ ਹੈ, ਬੰਦਾ ਐਂਬੂਲੈਂਸ ਨਹੀਂ ਆਪਦੀ ਪ੍ਰਾਈਵੇਟ ਗੱਡੀ ਜੀ ਪੇਸ਼ੈਂਟ ਜਾ ਰਿਹਾ ਹੁੰਦਾ, ਉਹਨੂੰ ਵੀ ਅਸੀਂ ਤੇਲ ਪਾਵਾਂਗੇ। ਸਾਨੂੰ ਕੋਈ ਇਹ ਸ਼ੌਕ ਨਹੀਂ ਜੀ, ਤੁਸੀਂ ਜਾਣਦੇ ਆ ਕਿਸੇ ਵੀ ਵਪਾਰੀ ਨੂੰ ਆਪਦੀ ਦੁਕਾਨ ਬੰਦ ਕਰਨ ਦਾ ਸ਼ੌਕ ਨਹੀਂ ਹੁੰਦਾ। ਜਿਹੜੇ ਅਸੀਂ ਪੰਪ ਬੰਦ ਕੀਤੇ ਆ, ਜਦੋਂ ਅਸੀਂ ਦੇਖਦੇ ਹਾਂ ਗਾਹਕ ਮੁੜਦਾ, ਅਸੀਂ ਜਾਣਦੇ ਹਾਂ ਜਾਂ ਪਰਮਾਤਮਾ ਜਾਣਦਾ, ਉਹ ਸਾਨੂੰ ਉਹਦਾ ਕਿੰਨਾ ਉਹ ਸਾਨੂੰ ਉਹਦੀ ਠੇਸ ਪਹੁੰਚ ਰਹੀ ਹੈ ਜੀ। ਪਰ ਅਸੀਂ ਜਦੋਂ ਸਾਰੇ ਹਥਿਆਰ ਸਿੱਟ ਕੇ ਉਸ ਤੋਂ ਬਾਅਦ ਸਾਨੂੰ ਹੜਤਾਲ ਦਾ ਹੀ ਫੈਸਲਾ ਲਿਆ ਜੀ। ਕੋਈ ਅਧਿਕਾਰੀਆਂ ਨਾਲ ਗੱਲ ਹੋਈ ਇਸ ਬਾਰੇ, ਮੀਟਿੰਗ ਹੋਈ, ਕੋਈ ਬੈਠਕ ਹੋਈ ਜਾਂ PWD ਨਾਲ ਜਾਂ DC ਸਾਹਿਬ? ਅਸੀਂ DC ਸਾਹਿਬ ਨੂੰ ਇੱਕ ਮੈਮੋਰੈਂਡਮ ਦੇ ਆਏ ਸੀਗੇ ਜੀ ਹਫ਼ਤਾ ਕੁ ਪਹਿਲਾਂ ਵੀ ਅਸੀਂ ਸਟ੍ਰਾਈਕ 'ਤੇ ਜਾਵਾਂਗੇ, ਪਰ ਅੱਜ ਸਾਨੂੰ ਰਾਤ ਸਾਨੂੰ ਲੇਟ ਮੈਸੇਜ ਮਿਲੇ ਆ। 12 ਵਜੇ DC ਸਾਹਿਬ ਨੇ ਮੀਟਿੰਗ ਰੱਖੀ ਹੈ ਜੀ ਸਾਡੀਆਂ ਤਿੰਨੇ ਆਇਲ ਕੰਪਨੀਜ਼ ਦੇ ਜਿਹੜੇ ਹੈੱਡ ਆ ਉਹਨਾਂ ਨਾਲ ਜੀ, ਅਤੇ ਐਕਸੀਅਨ PWD ਅਤੇ ਸਾਡੀ ਯੂਨੀਅਨ ਦੇ ਜਿੰਨੇ ਨੁਮਾਇੰਦੇ ਹੈਗੇ ਆ, ਉਹ ਸਾਡੀ ਅੱਜ 12 ਵਜੇ ਮੀਟਿੰਗ ਹੈ ਜੀ। ਉਸ ਤੋਂ ਬਾਅਦ ਕਲੀਅਰ ਹੋਏਗਾ ਕਿ ਹੜਤਾਲ 2 ਦਿਨ ਰਹੇਗੀ ਜਾਂ ਪਹਿਲਾਂ ਖਤਮ ਹੋਏਗੀ? ਹਾਂਜੀ, ਪਰ ਉਮੀਦ ਨਹੀਂ ਲੱਗਦੀ ਸਾਨੂੰ, ਕਿਉਂਕਿ ਸਾਡਾ ਕੋਈ ਮਸਲਾ ਜੇ ਹੱਲ ਹੋਇਆ ਤਾਂ ਸਾਨੂੰ ਕੋਈ ਸ਼ੌਕ ਨਹੀਂ ਗਿਆ ਜੀ। ਅਸੀਂ ਤਾਂ ਪੰਪ ਚਲਾਉਣਾ ਚਾਹੁੰਦੇ ਹਾਂ, ਪੰਪ ਚਲਾਉਣ ਵਾਸਤੇ ਹੀ ਅਸੀਂ ਪੰਪ ਲਾਏ ਆ ਜੀ। ਪਰ ਹਰ ਚੀਜ਼ ਦਾ ਕੋਈ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ। ਇੱਕ ਚੀਜ਼ ਦਾ ਜ਼ਰੂਰ ਸਕੂਨ ਹੈ ਕਿ ਜਿਹੜੀ ਸਾਡੀ ਸੇਲਜ਼ਮੈਨ ਹੈ, ਜਿਹੜੀ ਸਾਡੀ ਫੋਰਸ ਹੈ, ਜਿਨ੍ਹਾਂ ਨੇ ਕੋਵਿਡ ਦੇ ਵਿੱਚ ਵੀ ਇੰਨੇ ਰਿਸਕ ਦੇ ਵਿੱਚ ਵੀ ਕੰਮ ਕੀਤਾ, ਉਹ ਨਿਰੰਤਰ 24 ਘੰਟੇ 365 ਦਿਨ ਉਹ ਕੰਮ ਕਰਦੇ ਆ ਜੀ। ਅਤੇ ਸਾਡੀ ਹੜਤਾਲ ਨਾਲ ਉਹਨਾਂ ਨੂੰ ਜ਼ਰੂਰ ਰਾਹਤ ਮਿਲੇਗੀ, ਅਤੇ ਅਸੀਂ ਉਹਨਾਂ ਨੂੰ ਸਲਾਮ ਵੀ ਕਰਦੇ ਹਾਂ ਆਪਦੇ ਸੇਲਜ਼ਮੈਨ ਨੂੰ ਜਿਹੜੇ ਇੰਨੀ ਗਰਮੀ ਦੇ ਵਿੱਚ ਵੀ ਕੰਮ ਕਰਦੇ ਆ, ਅਤੇ ਉਹਨਾਂ ਨੂੰ ਜ਼ਰੂਰ ਸਕੂਨ ਮਿਲੇਗਾ ਸਾਡੀ ਹੜਤਾਲ ਨਾਲ। ਬਾਕੀ ਇਹ ਮੋਗਾ ਇਕੱਲਾ ਮੋਗਾ ਜ਼ਿਲ੍ਹਾ 'ਚ ਹੀ ਹੈ, ਬਾਕੀ ਜਗ੍ਹਾ ਵੀ ਨੋਟਿਸ ਗਏ ਹੋਣੇ ਆ, ਉਹਨਾਂ ਨੇ ਹੜਤਾਲ ਨਹੀਂ ਕੀਤੀ? ਨੋਟਿਸ ਸਾਰੇ ਪੰਜਾਬ 'ਚ ਗਏ ਆ ਜੀ, ਪਰ ਮੋਗੇ ਜ਼ਿਲ੍ਹੇ ਦੇ ਵਿੱਚ ਸਾਡੀ ਜਥੇਬੰਦਕ ਤੌਰ 'ਤੇ ਅਸੀਂ ਬਹੁਤ ਮਜ਼ਬੂਤ ਹਾਂ, ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ। ਸਾਰੇ ਡੀਲਰਸ ਦੀ ਡਿਮਾਂਡ ਸੀਗੀ ਸਾਡੀ, ਕੋਈ ਇਕੱਲੀ ਇਹ ਨਹੀਂ ਵੀ ਜਿਹੜੀ ਕੋਈ ਐਗਜ਼ੈਕਟਿਵ ਕਮੇਟੀ ਆ ਉਹਨਾਂ ਦਾ ਫੈਸਲਾ, ਅਸੀਂ ਸਾਰਿਆਂ ਤੋਂ ਸਾਈਨ ਕਰਵਾ ਕੇ ਪੂਰਨ ਰੂਪ 'ਚ ਸਾਰਿਆਂ ਨੇ ਸਾਨੂੰ ਸਹਿਮਤੀ ਪ੍ਰਗਟ ਕੀਤੀ ਹੈ, ਅਤੇ ਅਸੀਂ ਫਿਰ ਹੜਤਾਲ ਕੀਤੀ ਹੈ ਜੀ। ਬਲਕੰਡੀ ਇਹ ਵੀ ਸਮਝਣਾ ਚਾਹਾਂਗੇ ਕਿ ਕਿਹੜੀ ਉਹ ਜਗ੍ਹਾ ਹੈ ਜਿਹਦਾ ਤੁਸੀਂ ਇਹ ਨੋਟਿਸ ਭੇਜਿਆ ਗਿਆ, ਜਿਹਦੇ ਪੈਸੇ ਲੈਂਦੀ ਹੈ PWD? ਜਿਹੜੇ ਰੋਡ ਦੇ ਉੱਤੋਂ ਜਿਹੜਾ ਸਾਨੂੰ ਇਨ ਆਊਟ ਮਿਲਦੀ, ਅਸੀਂ ਯੂਜ਼ ਕਰਦੇ ਹਾਂ ਰੋਡ, ਉਹਦਾ ਇਹ ਪੇਮੈਂਟ ਹੁੰਦੀ ਹੈ ਜੀ। ਸਰ ਤੁਹਾਨੂੰ ਵੀ ਨੋਟਿਸ ਆਇਆ, ਤੁਹਾਡਾ ਪੈਟਰੋਲ ਪੰਪ ਹੈ ਹਾਈਵੇ 'ਤੇ ਆ, ਤੁਹਾਨੂੰ ਨੋਟਿਸ ਆਇਆ? ਕੁਛ ਹਾਈਵੇ ਦੇ ਪੰਪਾਂ ਦੇ ਉੱਤੇ ਹਲੇ ਨੋਟਿਸ ਨੈਸ਼ਨਲ ਹਾਈਵੇ ਦੇ ਨਹੀਂ ਆਏ। ਕਾਰਨ ਕੀ ਹੈ, ਐਕਚੁਲੀ ਇਹ ਸਾਰੇ ਐਗਰੀਮੈਂਟ ਕੰਪਨੀਆਂ ਦੇ ਨਾਲ ਹੁੰਦੇ ਹੈ, ਆਇਲ ਕੰਪਨੀਆਂ ਦਾ ਓਨਸ ਹੈ ਇਹ ਸਾਰੀ ਚੀਜ਼ ਨੂੰ ਕੰਪਲਾਇੰਸ ਕਰਨਾ। ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਜਦੋਂ ਅਸੀਂ PWD ਦਫ਼ਤਰ ਜਾ ਕੇ ਆਏ, ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਸਾਡੇ ਕੋਲ ਕੋਈ ਰਿਕਾਰਡ ਹੀ ਹੈ ਨਹੀਂ ਜਿਹਦੇ ਬੇਸ ਦੇ ਉੱਤੇ ਅਸੀਂ ਆਇਲ ਕੰਪਨੀਆਂ ਨੂੰ ਬਣਾ ਕੇ ਦੇ ਸਕੀਏ। ਉਹਨਾਂ ਨੇ ਦੇਖਿਆ ਕਿ ਆਹ ਇੱਥੇ ਪੰਪ ਲੱਗਿਆ, ਉਸ ਪੰਪ ਦਾ ਨਾਮ ਹੱਥ ਨਾਲ ਲਿਖਿਆ ਅਤੇ ਨੋਟਿਸ ਇਸ਼ੂ ਕਰਤਾ। ਅਸੀਂ ਉਹਨਾਂ ਨੂੰ ਜਾਣੂ ਕਰਾਇਆ, ਅਸੀਂ ਲੈਟਰਾਂ ਦਿੱਤੀਆਂ ਉਹਨਾਂ ਨੂੰ ਕਿ ਤੁਹਾਡਾ ਕੰਟਰੈਕਟ ਆਇਲ ਕੰਪਨੀਆਂ ਦੇ ਨਾਲ ਹੈ, ਜੇ ਕੋਈ ਪੇਮੈਂਟ ਬਣਦੀ ਵੀ ਹੈ ਉਹ ਆਇਲ ਕੰਪਨੀਆਂ ਦੀ ਜ਼ਿੰਮੇਵਾਰੀ ਹੈ ਪੇਮੈਂਟ ਦੇਣ ਦੀ, ਤੁਸੀਂ ਆਇਲ ਕੰਪਨੀਆਂ ਨੂੰ ਨੋਟਿਸ ਇਸ਼ੂ ਕਰੋ। ਇਹ ਪੇਮੈਂਟ ਆਇਲ ਕੰਪਨੀ ਨੇ ਦੇਣੀ ਹੁੰਦੀ ਹੈ ਜਾਂ ਮਾਲਕ ਨੇ? ਇਹ ਆਇਲ ਕੰਪਨੀਆਂ ਨੇ ਪੇਮੈਂਟ ਦੇਣੀ ਹੁੰਦੀ ਹੈ, ਕਿਉਂਕਿ ਸਾਰੇ NOCਆਂ, ਸਾਰੇ ਐਗਰੀਮੈਂਟ, ਸਾਰੀ ਡਿਪਾਰਟਮੈਂਟਾਂ ਦੇ ਉਹ ਆਇਲ ਕੰਪਨੀ ਦੇ ਨਾਮ 'ਤੇ ਹੀ ਹੁੰਦੇ ਆ, ਡੀਲਰ ਦੇ ਪਰਸਨਲ ਨਾਂ 'ਤੇ ਕੁਛ ਨਹੀਂ ਹੁੰਦਾ। ਇੱਕ ਜਗ੍ਹਾ ਸਾਡੇ ਡੀਲਰ
ਆਪਦੇ ਲੈਵਲ ਦੇ ਉੱਤੇ ਉਹਨੂੰ ਪਤਾ ਨਹੀਂ ਸੀਗਾ, ਉਹ ਪੇਮੈਂਟ ਜਮ੍ਹਾਂ ਕਰਾਉਣ ਵੀ ਗਏ ਅਤੇ ਉਹਨਾਂ ਨੂੰ ਨੈਸ਼ਨਲ ਹਾਈਵੇ ਨੇ ਨਾ ਕਰਤੀ ਕਿ ਅਸੀਂ ਤੁਹਾਡੀ ਕਿਸ ਐਂਟੀਟੀ ਦੇ ਵਿੱਚ ਤੁਹਾਡੀ ਪੇਮੈਂਟ ਐਕਸੈਪਟ ਕਰ ਸਕਦੇ ਹਾਂ। ਜਿਹੜੀ ਕੰਪਨੀ ਨਾਲ ਸਾਡਾ ਕੰਟਰੈਕਟ ਹੈ ਉਹੀ ਆਪਣੀ ਪੇਮੈਂਟ ਦੇਵੇ ਅਤੇ ਉਹ ਅਸੀਂ ਫਿਰ ਡੀਲਰ ਨੂੰ ਕਿਉਂ ਚਲੇ ਗਏ ਨੋਟਿਸ? ਅਗਰ ਉਹਨਾਂ ਕੋਲ ਕਿਸੇ ਕੋਲ ਰਿਕਾਰਡ ਹੈ ਨਹੀਂ, ਜੋ ਸਾਨੂੰ ਉਹਨਾਂ ਨੇ PWD ਡਿਪਾਰਟਮੈਂਟ ਨੇ ਦੱਸਿਆ ਕਿ ਸਾਡੇ ਕੋਲ ਰਿਕਾਰਡ ਹੈ ਨਹੀਂ, ਅਸੀਂ ਇੱਥੋਂ ਲੰਘਦੇ ਹਾਂ, ਆਹ ਪੰਪ ਦਾ ਨਾਂ ਦੇਖਦੇ ਹਾਂ, ਸਟੈਂਡਰਡ ਨੋਟਿਸ ਹੈ ਉਹਦੇ ਉੱਤੇ ਭਰ ਕੇ ਹੱਥ ਨਾਲ ਭਰ ਦਿੰਦੇ ਐਡਰੈਸ, ਅਤੇ ਉਹਨਾਂ ਨੇ ਡੀਲਰਾਂ ਨੂੰ ਇਸ਼ੂ ਕਰਤੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ। ਹੁਣ ਅਸੀਂ ਉਹਨਾਂ ਨੂੰ ਇਹ ਵੀ ਲਿਖ ਕੇ ਦਿੱਤਾ ਕਿ ਇਹ ਆਇਲ ਕੰਪਨੀਆਂ ਦੀ ਜ਼ਿੰਮੇਵਾਰੀ ਹੈ ਅਤੇ ਆਇਲ ਕੰਪਨੀਆਂ ਨੂੰ ਨੋਟਿਸਿਸ ਭੇਜੇ ਜਾਣ, ਜੋ ਕਿ ਉਹਨਾਂ ਨੇ ਐਗਰੀ ਕੀਤਾ ਕਿ ਅਸੀਂ ਇਹ ਨੋਟਿਸ ਹੈ ਬਲਖੰਡੀ ਜੀ। ਹਾਂਜੀ, ਇਹ ਨੋਟਿਸ ਹੈ ਜੀ, ਤੁਸੀਂ ਇੱਥੇ ਦੇਖ ਸਕਦੇ ਹਾਂ ਜੀ। ਆਹ ਦੇਖੋ ਜੀ, 788,629 ਰੁਪਏ ਦਾ ਜੀ ਇੱਕ ਹੈ। ਆਹ ਦੂਜਾ 1,50,607 ਰੁਪਏ ਦਾ ਜੀ, ਆਹ ਦੇਖ ਸਕਦੇ ਹਾਂ 2006 ਤੋਂ ਆ ਜੀ। ਬਿਲਕੁਲ, ਇਹ ਉਹ ਨੋਟਿਸ ਨੇ ਜਿਹੜੇ ਪੈਟਰੋਲ ਪੰਪ ਮਾਲਕਾਂ ਨੂੰ ਡੀਲਰਾਂ ਨੂੰ ਆਏ ਆ, ਜਿਸ ਦਾ ਵਿਰੋਧ ਕੀਤਾ ਜਾ ਰਿਹਾ, ਔਰ ਉਸੇ ਦੇ ਵਿਰੋਧ ਦੇ ਵਿੱਚ ਅੱਜ ਮੋਗਾ ਜ਼ਿਲ੍ਹਾ ਦੇ 156 ਤੋਂ ਉੱਪਰ ਜਿਹੜੇ ਪੈਟਰੋਲ ਪੰਪ ਨੇ ਉਹ ਬੰਦ ਨੇ। ਲੋਕਾਂ ਨੂੰ ਤਾਂ ਦਿੱਕਤ ਆਏਗੀ, ਲੇਕਿਨ ਇਹ ਵੀ ਕਹਿਣਾ ਹੈ ਪੈਟਰੋਲ ਪੰਪ ਐਸੋਸੀਏਸ਼ਨ ਦਾ ਕਿ ਅਗਰ ਕੋਈ ਅਸੈਂਸ਼ੀਅਲ, ਅਗਰ ਕਿਸੇ ਨੂੰ ਜ਼ਰੂਰਤ ਹੈ, ਚਾਹੇ ਐਂਬੂਲੈਂਸ ਹੈ, ਚਾਹੇ ਪ੍ਰਸ਼ਾਸਨ ਹੈ, ਉਹਨਾਂ ਨੂੰ ਤੇਲ ਜ਼ਰੂਰ ਪਾਇਆ ਜਾਏਗਾ, ਲੇਕਿਨ ਆਮ ਲੋਕਾਂ ਲਈ ਇਹ ਪੈਟਰੋਲ ਪੰਪ ਬੰਦ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਸਾਫ਼ ਤੌਰ 'ਤੇ ਕਿਹਾ ਗਿਆ ਹੈ ਕਿ ਇੱਕ ਜਿਹੜੇ ਨੋਟਿਸ ਆਏ ਆ, ਨੋਟਿਸ ਬੇਸਿਕਲੀ ਇਹਨਾਂ ਦਾ ਕਹਿਣਾ ਕਿ ਜਿਹੜੇ ਨੋਟਿਸ ਹੁੰਦੇ ਆ, ਨੋਟਿਸ ਕੰਪਨੀ ਨੂੰ ਆਉਣੇ ਚਾਹੀਦੇ ਆ, ਲੇਕਿਨ ਨੋਟਿਸ ਜਿਹੜੇ ਆ ਡੀਲਰਾਂ ਨੂੰ ਆਏ, ਕਿਸੇ ਨੂੰ 7 ਲੱਖ ਦਾ ਆਇਆ, ਕਿਸੇ ਨੂੰ 12 ਲੱਖ ਦਾ ਆਇਆ, ਉਸ ਦੇ ਰੋਸ਼ ਵਜੋਂ ਹੀ ਜਿਹੜਾ ਅੱਜ ਮੋਗਾ ਜ਼ਿਲ੍ਹਾ ਦੇ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਹੈ। 2 ਦਿਨ ਦੀ ਹੜਤਾਲ ਦੱਸੀ ਗਈ ਹੈ, ਹਾਲਾਂਕਿ ਇਹ ਵੀ ਦੱਸਿਆ ਗਿਆ ਕਿ 12 DC ਸਾਹਿਬ ਨਾਲ ਮੀਟਿੰਗ ਹੈ, ਉਸ ਤੋਂ ਬਾਅਦ ਜਿਹੜਾ ਫਾਈਨਲ ਹੋਏਗਾ, ਲੇਕਿਨ ਲੱਗ ਨਹੀਂ ਰਿਹਾ ਕਿ ਇਹਨਾਂ ਦਾ ਜਿਹੜਾ ਇਹ ਗੱਲ ਸਿਰੇ ਚੜੇਗੀ। ਦੀਪਕ ਸਿੰਗਲਾ, ਨਿਊਜ਼ 18 ਮੋਗਾ।